अमृतसर के हलका मजीठा तो वड्डी खबर सामने आ रही है जिथे कुछ हथियारबंद हमलावरां ने व्याह वाले घर दे विच दाखल हो के पिस्तौल दी नोक दे उत्ते भारी मात्रा दे विच सोना अते नकदी लुट ली है अते फरार हो गए ने। घर दे विच कुड़ी दा व्याह रख्या होया सी पर लुटेरियां ने घर दे विचों सोने दे गहिणियां अते 8 लाख रुपए की नकदी की लुट कर ली। घटना तो बाद परिवार गहरे सदमे दे विच पाया जा रहा है। देखो पूरी खबर। अमृतसर के हलका मजीठा दे विच पैंदे पिंड अजाइब वाली विखे एक घर दे विच लड़की का विआह रख्या होया सी पर बीती रात कुछ हथियारबंद लुटेरिया ने घर दे विच दाखल हो के पिस्तौल की नोक दे उत्ते घर दे विचों 6 तोले सोना अते 5 लाख रुपए की नकदी नूं लुट लिया। जानकारी के अनुसार दलजीत सिंह अते सुरजीत सिंह दे घर दे विच बेटी दे विआह दीआं तैयारियां चल रही सी जो कि 26 नवंबर नूं होना है पर बीती रात एक वड्डी घटना वापर गई है। एक घटना उस समय वापरी है जदों विआह वाली लड़की अते उसकी सहेली एक कमरे दे विच सुतियां हुईयां सन। लुटेरियां ने पिस्तौल दी नोक दे उत्ते घर दे विचों सारा गहना गट्टा अते नकदी लुट ली है। मैनूं तां सवेरे दस्सिया इन्हां ने जदों इन्हां नूं पता लगा ते फिर अहीं आ के वेख्या तो जदों मुड़ के अहीं वेख्या आ के वी की नुकसान होया बेटियां नूं पुछिया ते सारा उन्हां ने दस्सिया ਵੀ ਮਤਲਬ ਸਾਡੇ ਕੋਲ ਗੋਲਡ ਵੀ ਲੈ ਗਿਆ ਅਤੇ ਕੈਸ਼ ਵੀ ਉੱਥੋਂ ਉਸ ਕਮਰੇ ਦੇ ਵਿੱਚੋਂ ਗਿਆ ਅਤੇ ਫਿਰ ਸਰ ਅਸੀਂ ਲਾਗੇ ਛਾਗੇ ਕੈਮਰੇ ਕੁਮਰੇ ਚੈੱਕ ਕੀਤੇ ਉਹਨਾਂ ਦੇ ਵਿੱਚ ਫੋਟੋ ਜਿਹੜੀ ਉਹ ਧੁੰਦਲੀ ਥੋੜ੍ਹੀ ਜਿਹੀ ਆਉਂਦੀ ਆ ਇੱਕ ਕੈਮਰੇ ਦੇ ਵਿੱਚ ਥੋੜ੍ਹੀ ਜਿਹੀ ਸਾਫ਼ ਆਉਂਦੀ ਆ ਅਤੇ ਹੁਣ ਅਸੀਂ ਫਿਰ FIR ਕਰਾਈ ਜੀ ਹੁਣ ਪ੍ਰੋਸੈਸਿੰਗ ਕੋਲ ਮੰਗ ਕਰਦੇ ਹਾਂ ਨੁਕਸਾਨ ਨੁਕਸਾਨ ਤਾਂ 12-14 ਲੱਖ ਰੁਪਈਆ ਜੀ 5 ਲੱਖ ਰੁਪਈਏ ਦੇ ਲਗਭਗ ਕੈਸ਼ ਹੈ ਜੀ ਕਾਨੂੰਨ ਵਿਵਸਥਾ ਜੀ ਤੁਹਾਡੇ ਸਾਹਮਣੇ ਆ ਹੁਣ ਦੇਖੋ ਰੌਲਾ ਤਾਂ ਸਾਰੇ ਬਿਲਕੁਲ ਜੀ ਵੀ ਆਹ ਕਰ ਦਾਂਗੇ ਜਾਂ ਉਹ ਕਰਤਾ ਜੀ ਆਹ ਕਰਤਾ ਹੁਣ ਵੇਖ ਲਓ ਤੁਹਾਡੇ ਸਾਹਮਣੇ ਚੋਰਾਂ ਦੇ ਹੌਸਲੇ ਬੁਲਾਉਂਦੇ ਆ ਚਾਰ ਕੁਛ ਵੀ ਹੋ ਸਕਦਾ ਜੀ ਸਰ ਕੁਛ ਵੀ ਕਰ ਸਕਦਾ ਜਿੱਦਾਂ ਉਹਦੇ ਕੋਲ ਵੈਪਨ ਵੀ ਉਹ ਗੋਲੀ ਵੀ ਮਾਰ ਸਕਦਾ ਸੀ ਕੋਈ ਜਾਨੀ ਨੁਕਸਾਨ ਵੀ ਕਰ ਸਕਦਾ ਜੀ ਚਲੋ ਹੁਣ ਤੇ ਮਾਲੀ ਨੁਕਸਾਨ ਆ ਉਹ ਜਾਨੀ ਨੁਕਸਾਨ ਕਰ ਦਿੰਦਾ ਤੇ ਫਿਰ ਅਸੀਂ ਕੀ ਕਰਦੇ ਭਾਬੀ ਜੀ ਨੇ ਫੋਨ ਕੀਤਾ ਬਲਦੀਪ ਅਸੀਂ ਲੁੱਟੇ ਗਏ ਹਾਂ ਤੇ ਅਸੀਂ ਉੱਠ ਕੇ ਉਧਰੋਂ ਆਏ ਤੇ ਆਉਂਦਿਆਂ ਨੂੰ ਵੇਖਿਆ ਤੇ ਰੌਲਾ ਰੱਪਾ ਵਿੱਚ ਪੈਣ ਦਿਆ ਸੀ ਘਰੇ ਤੇ ਵੇਖੀਏ ਵੀ ਸਾਰਾ ਕੁਛ ਖਿਲ ਰਿਹਾ ਸੀ ਤੇ ਸੋਨਾ ਬਹੁਤ ਲੈ ਗਏ ਆ ਤੇ ਕੈਸ਼ ਵੀ ਲੈ ਗਏ ਨੇ ਕੀ ਹੈ ਕਿ ਫੰਕਸ਼ਨ ਵੀ ਫੰਕਸ਼ਨ ਵਿਆਹ ਦਾ ਜੀ ਭਤੀਜੀ ਸਾਡੀ ਦਾ ਜੀ ਹਾਂਜੀ ਕੀ ਲੱਗਦਾ ਤੁਹਾਨੂੰ ਕਿਸ ਤਰ੍ਹਾਂ ਦਾ ਮਾਹੌਲ ਹੋਇਆ ਮਾਹੌਲ ਬਹੁਤ ਮਾੜਾ ਜੀ ਕੋਈ ਹੈ ਹੀ ਨਹੀਂ ਜੀ ਬਹੁਤ ਜ਼ਿਆਦਾ ਮਾੜਾ ਕੁਛ ਨਹੀਂ ਇਹ ਕੋਈ ਵੈਸੇ ਸੰਘਾਇਆ ਹੋਵੇ ਕੁਛ ਨਾ ਕੁਛ ਇਹੋ ਹੀ ਹੈ ਸੰਘਾਇਆ ਹੋਵੇ ਕੁਛ ਨਾ ਕੁਛ ਉਹਨਾਂ ਨੇ ਤਾਂ ਹੀ ਹੈ ਪਤਾ ਨਹੀਂ ਲੱਗਾ ਕਿਸੇ ਨੂੰ ਵੀ ਮੰਗ ਇਹੋ ਜੀ ਕਿ ਸਾਨੂੰ ਸਭ ਕੁਛ ਇਨਸਾਫ਼ ਚਾਹੀਦਾ ਜੀ ਵੀਰ ਜੀ ਮੇਰੀ ਭਤੀਜੀ ਦੀ ਸ਼ਾਦੀ ਸੀ ਅਤੇ ਪਰਸੋਂ ਭੋਗ ਪੈ ਗਏ ਸਾਡੇ ਘਰ ਅਤੇ ਰਮਾਨ ਨਾਲ ਆਪਾਂ ਕੱਲ੍ਹ ਸਫਾਈਆਂ ਸਫੂਈਆਂ ਕਰਕੇ ਰੋਟੀ ਪਾਣੀ ਖਾ ਕੇ ਲੰਮੇ ਪੈ ਗਏ ਹਾਂ ਦਰਮਿਆਨ 1 ਵਜੇ ਦੇ ਕਰੀਬ ਕਰੀਬ ਜੋ ਸਿਟੀ ਫੁਟੇਜ ਹੈਗੀ ਆ ਉਹਦੇ ਕਰੀਬ 1:01 'ਤੇ ਐਂਟਰ ਕਰਦਾ ਬੰਦਾ ਰਾਤ ਦਾ ਅਤੇ 4:12 'ਤੇ ਬੰਦਾ ਇੱਥੋਂ ਨਿਕਲਦਾ ਗਨ ਦੀ ਨੋਕ 'ਤੇ ਜੋ ਵੀ ਸਮਾਨ ਸੀ ਬੇਟੀ ਸੀ ਅੰਦਰ ਕਮਰੇ 'ਚ ਇੱਕ ਉਹਦੀ ਫਰੈਂਡ ਉਹਨਾਂ ਕੋ ਨੋਕ 'ਤੇ ਆਪਣੀ ਚੈਨਾ ਜੋ ਵੀ ਨਕਦੀ ਸਾਡੇ ਸਮਾਨ ਦੀ ਉਹ ਲੈ ਕੇ ਲੁੱਟ ਕਰਕੇ ਨਿਕਲ ਗਿਆ ਅਤੇ ਜਦੋਂ ਨਿਕਲਿਆ ਫਿਰ ਬੇਟੀ ਬਾਹਰ ਆਣ ਕੇ ਰੌਲਾ ਪਾਇਆ ਡੈਡੀ ਆਪਣਾ ਸਭ ਕੁਛ ਗਨ ਦੀ ਨੋਕ 'ਤੇ ਲੁੱਟ ਕੇ ਲੈ ਗਿਆ ਗਨ ਦੀ ਨੋਕ 'ਤੇ ਲੁੱਟ ਕੇ ਆਪਾਂ ਨੂੰ ਲੈ ਗਿਆ ਗਨ ਪਿਸਟਨ ਜਿਹੜਾ ਦੂਜਾ ਹੁੰਦਾ ਮੈਗਜ਼ੀਨ ਵਾਲਾ ਹੁਣ ਗੋਲੀਆਂ ਵੀ ਕੱਢ ਕੇ ਵਿਖਾਈਆਂ ਉਹਨੇ ਹੱਥ 'ਚ ਵੀ ਆ ਕੇ ਐਵੇਂ ਨਾ ਸਮਝਿਓ ਵੀ ਨਕਲੀ ਆ ਅਸਲੀ ਗੋਲੀਆਂ ਜੇ ਉੱਧਰ ਜਦੋਂ ਇਸ ਸੰਬੰਧੀ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਮੌਕੇ ਉੱਤੇ ਪੁੱਜੇ ਪੁਲਿਸ ਅਧਿਕਾਰੀ ਨੇ ਆਖਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਜਾਂਚ ਤੋਂ ਬਾਅਦ ਹੀ ਮੁਲਜ਼ਮਾਂ ਬਾਰੇ ਕੋਈ ਸੁਰਾਗ ਮਿਲ ਸਕੇਗਾ ਇਹ ਸੁਰਜੀਤ ਸਿੰਘ ਨੇ ਜੀ ਬੇਗੇਵਾਲ ਆਪਣਾ ਜੈਬ ਵਾਲੀ ਪਿੰਡ ਦੇ ਨਾਲ ਜੈਬ ਵਾਲੀ ਪਿੰਡ ਆ ਇਹਨਾਂ ਦੀ ਲੜਕੀ ਦੇ ਵਿਆਹ 26 ਤਰੀਕ ਨੂੰ ਇਹਨਾਂ ਦੀ ਲੜਕੀ ਦੇ ਵਿਆਹ ਦੇ ਸੰਬੰਧ ਦੇ ਵਿੱਚ ਆਪਣੇ ਘਰ ਦੇ ਵਿੱਚ ਪ੍ਰਾਹੁਣੇ ਵਗੈਰਾ ਆਏ ਸੀ ਅਤੇ ਇਹਨਾਂ ਨੂੰ ਇਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਹੈ ਕਿ ਸਾਡੇ ਰਾਤ ਸਮੇਂ ਕੋਈ ਨੌਜਵਾਨ ਕੰਧ ਟੱਪ ਕੇ ਆਇਆ ਵਾ ਸਾਡੇ ਘਰੋਂ ਕੁਝ ਚੋਰੀ ਕਰਕੇ ਲੈ ਗਿਆ ਵਾ ਇਹਨਾਂ ਦੇ ਕਹਿਣ ਦੇ ਮੁਤਾਬਕ ਹੈ ਕਿ ਸਾਡਾ 3-4 ਲੱਖ ਰੁਪਇਆ ਕੈਸ਼ ਆ ਅਤੇ ਪਲੱਸ ਸਾਡੇ ਕੋਲ 4-5 ਤੋਲੇ ਗਹਿਣਾ ਸੋਨਾ ਲੈ ਗਿਆ ਸਾਹਮਣੇ ਘਰ ਦੇ ਵਿੱਚ CCTV ਲੱਗਾ ਉਹਦੇ ਤੋਂ ਚੈੱਕ ਕੀਤਾ ਗਿਆ ਵੇਖਿਆ ਗਿਆ ਵਾ ਕੋਈ 1 ਵਜੇ ਦੇ ਕਰੀਬ 1 ਹੀ ਨੌਜਵਾਨ ਇਹਨਾਂ ਦੇ ਘਰ ਦੇ ਵਿੱਚ ਐਂਟਰ ਹੁੰਦਾ ਵਾ ਜਿਹੜੀ ਹੈ ਜੀ ਤਫਤੀਸ਼ ਚੱਲ ਰਹੀ ਆ ਜੋ ਵੀ ਸਾਹਮਣੇ ਆਏਗਾ ਆਪ ਜੀ ਨੂੰ ਸੂਚਿਤ ਕਰ ਦਿੱਤਾ ਜਾਏਗਾ ਤੁਹਾਨੂੰ ਦੱਸ ਦਈਏ ਕਿ ਘਟਨਾ ਮਗਰੋਂ ਪਰਿਵਾਰ ਸਮੇਤ ਸਾਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਅਤੇ ਥਾਣਾ ਕੱਥੂ ਨੰਗਲ ਪੁਲਿਸ ਵੱਲੋਂ CCTV ਦੇ ਵਿੱਚ ਨਜ਼ਰ ਆਏ ਵਿਅਕਤੀ ਬਾਰੇ ਪੜਤਾਲ ਕੀਤੀ ਜਾ ਰਹੀ ਹੈ ਅਤੇ ਆਸ-ਪਾਸ ਦੇ ਹੋਰ CCTV ਕੈਮਰੇ ਵੀ ਖੰਗਾਲੇ ਜਾ ਰਹੇ ਨੇ।
ਅੰਮ੍ਰਿਤਸਰ ਤੋਂ ਹਿਮਾਂਸ਼ੀ ਸ਼ਰਮਾ ਦੀ ਰਿਪੋਰਟ, ਹਮਦਰਦ ਟੀਵੀ।